ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਭਾਈ ਨਿਰਮਲ ਸਿੰਘ ਜੀ ਖਾਲਸਾ, ਉਹਨਾਂ ਦਾ ਗਾਇਨ ਕੀਤਾ ਹੋਇਆ ਸ਼ਬਦ ਤੇਰਾ ਕੀਤਾ ਜਾਤੋਂ ਨਹੀਂ ਮੈਨੂੰ ਜੋਗ ਕੀਤੋਂ ਹੀ, ਅਸੀਂ ਰਹਿਰਾ ਸਾਹਿਬ ਦੇ ਵਿੱਚ ਵੀ ਇਹ ਸ਼ਬਦ ਪੜ੍ਹਦੇ ਹਾਂ। ਸੋ ਆਪਾਂ ਇਹ ਸ਼ਬਦ ਸਿੱਖਾਂਗੇ ਅੱਜ। ਆਓ ਆਪਾਂ ਸ਼ੁਰੂ ਕਰਦੇ ਹਾਂ। ਵੀਰਾਂ ਦਾ ਸਕੇਲ ਦੂਜਾ ਕਾਲਾ, ਭੈਣਾਂ ਦਾ ਸਕੇਲ ਪੰਜਵਾਂ ਕਾਲਾ। ਆਓ ਸ਼ੁਰੂ ਕਰੀਏ। ਤੇਰਾ ਕੀਤਾ ਜਾਤੋਂ ਨਹੀਂ, ਤੇਰਾ ਕੀਤਾ ਜਾਤੋਂ ਨਹੀਂ ਮੈਨੂੰ ਜੋਗ ਜੋਗ ਕੀਤੋਈ ਮੈਨੂੰ ਤਰਸ ਪਇਓਈ ਆਪੇ ਤਰਸ ਪਇਓਈ ਆਪੇ ਤਰਸ ਪਇਓਈ ਆਪੇ ਤਰਸ ਪਇਓਈ ਤੇਰਾ ਕੀਤਾ ਜਾਤੋਂ ਨਾਹੀਂ ਤੇਰਾ ਵੀਰਾਂ ਦੀ ਸਕਿੱਲ ਤੁਸੀਂ ਆਓ ਆਪ ਭੈਣਾਂ ਦੀ ਸਕਿੱਲ। ਤੇਰਾ ਕੀਤਾ ਜਾਤੋਂ ਨਾਹੀਂ ਤੇਰਾ ਕੀਤਾ ਜਾਤੋਂ ਨਾਹੀਂ ਮੈਨੂੰ ਜੋਗ ਜੋਗ ਤੇਰਾ ਕੀਤਾ ਜਾਤੋਂ ਨਾਹੀਂ ਤੇਰਾ ਕੀਤਾ ਜਾਤੋਂ ਨਾਹੀਂ ਗਿਆਨਤਰ ਦੇਖੋ ਮੈਂ ਨਿਰਗੁਣ ਯਾਰੇ ਉਹ ਗੁਣ ਨਾਹੀਂ ਮੈਂ ਨਿਰਗੁਣ ਯਾਰੇ ਉਹ ਗੁਣ ਨਾਹੀਂ ਆਪੇ ਤਰਸ ਪਇਓਈ ਆਪੇ ਤਰਸ ਪਇਓਈ ਆਪੇ ਤਰਸ ਪਇਓਈ ਆਪੇ ਤਰਸ ਪਇਓਈ ਤੇਰਾ ਕੀਤਾ ਜਾਤੋਂ ਨਾਹੀਂ ਤੇਰਾ ਕੀਤਾ ਜਾਤੋਂ ਨਾਹੀਂ। ਸੋ ਇਸ ਸ਼ਬਦ ਤੇਰਾ ਕੀਤਾ ਜਾਤੋਂ ਨਾਹੀਂ ਮੈਨੂੰ ਜੋ ਕਿਤੋਈ, ਇਹ ਸ਼ਬਦ ਅਸੀਂ ਰਹਿਰਾ ਸਾਹਿਬ ਦੀ ਬਾਣੀ ਦੇ ਵਿੱਚ ਪੜ੍ਹਦੇ ਹਾਂ ਅਤੇ ਭਾਈ ਨਿਰਮਲ ਸਿੰਘ ਖਾਲਸਾ ਜੀ ਨੇ ਇਸ ਸ਼ਬਦ ਦਾ ਗਾਇਨ ਕੀਤਾ ਹੋਇਆ ਹੈ। ਆਪ ਜੀ ਯੂਟਿਊਬ ਤੋਂ ਸੁਣ ਸਕਦੇ ਹੋ ਅਤੇ ਚੈਨਲ ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ, ਜੁੜੋ ਇਸ ਚੈਨਲ ਦੇ ਨਾਲ ਤਾਂ ਜੋ ਹੋਰ ਇਹੋ ਜਿਹੀਆਂ ਵੀਡੀਓ ਜੋ ਮੈਂ ਅੱਗੇ ਭਵਿੱਖ ਦੇ ਵਿੱਚ ਅਪਡੇਟ ਕਰਨੀਆਂ ਅਪਲੋਡ ਕਰਨੀਆਂ ਉਹ ਤੁਹਾਡੇ ਤੱਕ ਪਹੁੰਚ ਜਾਣ ਅਤੇ ਸ਼ੇਅਰ ਜ਼ਰੂਰ ਕਰੋ ਅੱਗੇ ਆਪਣੇ ਸੱਜਣਾਂ ਮਿੱਤਰਾਂ ਦੇ ਨਾਲ, ਹੋਰ ਜੋ ਆਪਣੇ ਪਰਿਵਾਰਕ ਮੈਂਬਰ ਜੋ ਦੂਰ ਰਹਿੰਦੇ ਆ ਜੋ ਵੀ ਕੀਰਤਨ ਦੇ ਨਾਲ ਜੁੜਨਾ ਚਾਹੁੰਦੇ ਉਹਨਾਂ ਦੇ ਨਾਲ ਜ਼ਰੂਰ ਸ਼ੇਅਰ ਕਰੋ ਵੀਡੀਓਜ਼ ਅਤੇ ਬਹੁਤ ਬਹੁਤ ਧੰਨਵਾਦ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।